ਐਸ ਕੇ ਫਰਮਾ ਤੋਂ ਜੀ ਬਰਨਾਲੇ ਤੋਂ ਕਿੱਥੇ ਲੈ ਕੇ ਵੇਚਦਾ ਜੀ ਬਾੜਬਰ ਜੀ ਰਾਹ ਰੂਹ 'ਚ ਵੇਚ ਦਿੰਦਾ ਜੀ ਕੀ ਕੰਮ ਕਰਦੇ ਹੋ ਮੈਡੀਕਲ ਦੇ ਕਰਦੇ ਕਿੱਥੇ ਬਾੜਬਰ ਜੀ ਬਾੜਬਰ ਜੀ ਬਾੜਬਰ ਪਹਿਲਾਂ ਵੀ ਲੈ ਕੇ ਵੇਚਦਾ ਨੇ ਨਹੀਂ ਜੀ ਫਸਟ ਵਾਰੀ ਸੀ ਪਹਿਲਾਂ ਕੋਈ ਮਾਮਲਾ ਦਰਜ ਹੈਗਾ ਤੁਹਾਡੇ ਤੇ ਨਹੀਂ ਜੀ ਇਹ ਮਤਲਬ ਕਿ ਲੈ ਕੇ ਕੌਣ ਨਸ਼ੇ ਕਰਨ ਵਾਲੇ ਲੈ ਕੇ ਨੇ ਜੀ ਨਹੀਂ ਪੇਨ ਕਿਲਰ ਵਾਲੇ ਜਿਹੜੇ ਹੋ ਜੋੜਾਂ ਜਾਣਾਂ ਦੇ ਦਰਦਾਂ ਵਾਲੇ ਜੀ ਕਾਹਦੀ ਦਵਾਈ ਸੀ ਪੇਨ ਕਿਲਰ ਹੀ ਹੈ ਜੀ ਕੀ ਨਾਮ ਸੀ ਉਹਦਾ ਟਰਾਮਾਡੋਲ ਜੀ ਕਿੰਨੀ ਕਿੰਨੇ ਲੈ ਕੇ ਆਏ ਸੀ ਉਹ ਤੋਂ ਹੀ 100 ਪੱਤਾ ਜੀ ਹੈ 100 ਪੱਤਾ ਜੀ ਇੱਥੇ ਲਾਉਣ ਇੱਥੇ ਆਏ ਸੀ ਜੀ ਲਾਉਣ ਆਪਣੇ ਇੱਥੇ ਰੋਡ ਦੇ ਵੱਡੇ ਦੇ ਜੀ ਕਿੱਥੋਂ ਲੈ ਕੇ ਆਏ ਸੀ ਸਰੰਦ ਤੋਂ ਹੀ ਅਸੀਂ ਕਿੰਨੇ ਚਿਰ ਤੋਂ ਲੈ ਕੇ ਵੇਚਦੇ ਹੋ ਐਸਾ ਪਹਿਲੀ ਵਾਰ ਆਇਆ ਸੀ ਇੱਧਰ ਜੀ ਕਿੱਥੋਂ ਦਾ ਇਹਨਾਂ ਨੇ ਧੂਰੀ ਤੋਂ ਜੀ ਪਹਿਲਾਂ ਵੀ ਮਾਮਲੇ ਦਰਜ ਖਰਾਬ ਦੇ ਇੱਕ ਹੀ ਪਹਿਲਾਂ ਉਸ ਤੋਂ ਰਹਿਣ ਤੋਂ ਲੈ ਕੇ ਆਉਂਦੇ ਸੀ ਚੰਡੀਗੜ੍ਹ ਦੀ ਚੰਡੀਗੜ੍ਹ ਦੀ ਕਿੰਨੇ ਦੀ ਮਿਲਦੀ ਕਿੰਨੇ ਦੀ ਵੇਚਦੀ ਲੱਗੇ ਇਹ ਸਾਡਾ ਜਿਹੜਾ ਮੁੰਡਾ ਇੱਕ ਬਾਗੇ ਭੱਜ ਗਿਆ ਜੀ ਉਹਦੀ ਗੱਲਬਾਤ ਕਰੀ ਵੀ ਸਾਡੇ ਨਾਲ ਦਾ ਗੁਰੇਟ ਵਾਲੀ ਗੱਲਬਾਤ ਪਹਿਲਾਂ ਵੀ ਇਹ ਇਸੇ ਏਰੀਆ ਛੱਡਦੇ ਹੁੰਦੇ ਆ ਕਿ ਪਹਿਲੀ ਵਾਰ ਆਈ ਸੀ ਫਸਟ ਟਾਈਮ ਇੱਥੇ ਹੋਰ ਵੀ ਨਾਲ ਸੀਏ ਸਟਾਫ ਬਰਨਾਲਾ ਦੇ ਹੌਲਦਾਰ ਨੈਬ ਸਿੰਘ ਨੇ ਇੱਕ ਨਾਕਾ ਲਾਇਆ ਹੋਇਆ ਸੀ ਜਿਹਦੇ ਵਿੱਚ ਇੱਕ ਸਵਿਫਟ ਕਾਰ ਰੁਕੀ ਉਹਦੇ ਵਿੱਚ ਦੋ ਬੰਦੇ ਜਿਹੜੇ ਮਿਲੇ ਹਰਪ੍ਰੀਤ ਸਿੰਘ ਤੇ ਰਣਜੋਤ ਸਿੰਘ ਇਹਨਾਂ ਤੋਂ 5 ਡੱਬੇ ਦੇਸੀ ਸ਼ਰਾਬ ਚੰਡੀਗੜ੍ਹ ਦੀ ਬਰਾਮਦ ਹੋਈ ਜਿਨ੍ਹਾਂ ਨੂੰ ਹਸਪਤਾਲ ਜਾਪਤਾ ਗ੍ਰਿਫਤਾਰ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਗਈ ਇਸੇ ਲੜੀ ਦੇ ਵਿੱਚ ਏਐਸਸੀ ਟੇਕ ਚੰਦ ਨੇ ਇੱਕ ਨਾਕਾ ਲਾਇਆ ਹੋਇਆ ਸੀ ਉਹਦੇ ਵਿੱਚ ਇੱਕ ਸਵਿਫਟ ਕਾਰ ਦੇ ਵਿੱਚੋਂ 95 ਡੱਬੇ ਅੰਗਰੇਜ਼ ਦੇਸੀ ਸ਼ਰਾਬ ਚੰਡੀਗੜ੍ਹ ਦੀ ਬਰਾਮਦ ਹੋਈ ਇੱਕ ਕਾਰ ਹੋਰ ਸੀ ਜਿਹਦੇ ਵਿੱਚ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੋ ਬੰਦੇ ਸੀਗੇ ਦੋਏ ਕਾਬੂ ਕੀਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਜਿਹੜੀ ਆ ਅਮਲ 'ਚ ਲਿਆਂਦੀ ਜਾ ਰਹੀ ਆ ਇਹ ਚੰਡੀਗੜ੍ਹ 'ਚੋਂ ਲਿਆ ਕੇ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਏਰੀਆ 'ਚ ਵੇਚਦੇ ਸੀ ਹਲੇ ਇਹਨਾਂ ਦੀ ਪੁੱਛਗਿੱਛ ਜਾ ਰਹੀ ਹੈ ਪੁੱਛਗਿੱਛ ਤੋਂ ਬਾਅਦ ਹੀ ਅਗਲੀ ਗੱਲ ਸਾਹਮਣੇ ਆਊਗੀ ਅੱਜ ਕੱਲ੍ਹ ਪੰਚਾਇਤ ਚੋਣਾਂ ਚੱਲ ਰਹੀਆਂ ਨੇ ਪੰਚਾਇਤ ਚੋਣਾਂ ਵਿੱਚ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਵੱਲੋਂ ਬੜੀਆਂ ਸਖ਼ਤ ਹਦਾਇਤਾਂ ਨੇ ਨਸ਼ਾ ਵਿਰੁੱਧ ਉਸ ਲੜੀ ਦੇ ਮੱਦੇਨਜ਼ਰ ਅਸੀਂ ਵੱਖ ਵੱਖ ਥਾਵਾਂ 'ਤੇ ਨਾਕੇ ਲਾਉਂਦੇ ਹਾਂ ਸਰਪ੍ਰਾਈਜ਼ ਚੈਕਿੰਗ ਕਰਦੇ ਹਾਂ ਉਸ ਚੈਕਿੰਗ ਦੇ ਨਤੀਜੇ ਵਜੋਂ ਇਹ ਬਰਨਾਲਾ ਪੁਲਿਸ ਨੂੰ ਜਿਹੜੀ ਸਾਡੀ ਸੀਏ ਸਟਾਫ ਹੈ ਇਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਟੋਟਲ 100 ਪਿੱਟੀ ਆ ਤਿੰਨ ਗੱਡੀਆਂ ਸਵਿਫਟ ਕਾਰਾਂ ਨੇ ਹਾਂ ਇੱਕ ਹੋਰ ਮੁਕੱਦਮਾ ਐਸਏ ਬਲਜੀਤ ਸਿੰਘ 4 ਸੀਏ ਨੇ ਦਰਜ ਕੀਤਾ ਉਹਦੇ ਵਿੱਚ ਪਹਿਲਾਂ 100 ਗੋਲੀ ਬਰਾਮਦ ਕੀਤੀ ਸਰਜੀਵਨ ਕੁਮਾਰ ਤੋਂ ਉਹਦੀ ਲੜੀ ਵਿੱਚ ਪੁੱਛਗਿੱਛ ਜਿਹਤੋਂ ਲੈ ਕੇ ਆਇਆ ਸੀ ਅਸ਼ੋਕ ਕੁਮਾਰ ਹੈ ਬੜਬਰ ਦਾ ਉਸ ਨੂੰ ਨਾਮਜ਼ਦ ਕੀਤਾ ਉਹ ਤੋਂ 1000 ਟਰਾਮਾਡੋਲ ਦੀ ਗੋਲੀ ਹੋਰ ਬਰਾਮਦ ਕੀਤੀ ਜਿਹਨੂੰ ਇਹਨੇ ਵੇਚਣੀ ਸੀ ਇੱਕ ਲੇਡੀ ਸੀਗੀ ਉਸ ਲੇਡੀ ਦਾ ਨਾਂ ਹੈਗਾ ਗੁਰਮੀਤ ਕੌਰ ਪਤਨੀ ਬਲਵਿੰਦਰ ਸਿੰਘ ਬਾਸੀ ਸ਼ੇਰਪੁਰ ਨੂੰ ਗ੍ਰਿਫਤਾਰ ਕੀਤਾ ਉਹਦੀ ਅਸੀਂ ਪੁੱਛਗਿੱਛ ਜਾਰੀ ਹੈ ਅਗਲੀ ਕਾਰਵਾਈ ਕਾਨੂੰਨੀ ਅਮਲ 'ਚ ਲੈਂਦੀ ਜਾਂਦੀ ਹਲੇ ਸਾਡੀ ਤਫਤੀਸ਼ ਚੱਲਦੀ ਹੈ ਜੋ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਊਗੀ ਇਹ 'ਚ NDPS ਐਕਟ ਦੀਆਂ ਧਰਾਵਾਂ ਤਹਿਤ ਨਾਰਕੋਟਿਕ ਦੇ ਜਿਹੜੇ ਆਪਣੇ ਲਾਅ ਬਣਿਆ ਉਹਦੇ ਤਹਿਤ ਅਸੀਂ ਧਰਾਵਾਂ ਦਾ ਪਰਚਾ ਦਰਜ ਕੀਤਾ